ਗੱਲ ਕਰਦੇ ਗੁਰੂ ਮਾਗਦੇ ਜੀ ਸਾਡੇ ਭਰਾ ਬਣੀ ਹੁਣੀ ਖੇਡ ਦੇ ਮੈਦਾਨ ਵਿੱਚ ਵੱਡਾ ਧੰਨਵਾਦ ਕਰਾਂਗੇ ਗੁਰਦਾਸ ਸਿੰਘ ਜੀ ਉਹਨਾਂ ਦਾ ਕਿਉਂਕਿ ਉਸ ਤੋਂ ਦੀ ਜ਼ਿੰਮੇਵਾਰੀ ਬੜੀ ਸੋਹਣੀ ਸਾਂਭੀ ਹੈ। ਚੱਲ ਵੇ ਸ਼ਕੀਨਾ ਖੇੜੀ ਵਾਲਾ ਕੀਤਾ ਵਾ ਇਹ ਭਾਈਵਾਨ ਐਨ ਸਰੀਰ ਦੀ ਸਮੈਸ਼ ਮਾਰੀ ਹੈ ਖੇਡ ਦੇ ਮੈਦਾਨ ਵਿੱਚ ਐ ਸਮੈਸ਼ ਮਾਰੀ ਹੈ ਜਿਵੇਂ ਸ਼ਰੀਕ ਸ਼ਰੀਕ ਦੇ ਗੰਡਾਸਾ ਵਾਰਦਾ ਨਾ ਉਵੇਂ ਮੁੰਡੇ ਨੇ ਧਰਤੀ ਚੋਂ ਨੰਬਰ ਕੱਢਿਆ ਆਪਣੀ ਟੀਮ ਦੇ ਲਈ। ਚਾਰ ਤਿੰਨ ਜੀ ਕੋਈ ਨੀ ਪੀਤੇ ਕੋਈ ਨੀ ਉਧਰ ਸਾਡਾ ਵੀਰ ਪੈਥੀ ਨਾਦਰਾ ਤੇ ਸੱਤਾ ਕਹਿੰਦਾ ਵੀ ਜਿੰਨੇ ਨੰਬਰ ਖੇੜੀ ਦਾ ਪੀਤਾ ਲੈਂਦਾ ਉਨੇ ਸੌ ਦੇ ਨੋਟ ਹੋਣਗੇ। ਲੋਕ ਖੇਡਦੇ ਆ ਕਾਕੇ ਤੇ ਪੈਂਦੇ ਆ ਪੜਾਕੇ ਇਧਰ ਲਲਕਾਰੇ ਵੱਜ ਰਹੇ ਹੈ। ਤਿੰਨ ਪੁਆਇੰਟ ਆ ਰੋਡੇ ਦੀ ਟੀਮ ਦੇ ਤੇ ਪੰਜ ਨੰਬਰ ਆ ਨੱਥੂ ਵਾਲਾ ਗਰਦੀ। ਤਿੰਨ ਤੇ ਪੰਜ ਦਾ ਮੁਕਾਬਲਾ ਖੇਡਿਆ ਜਾ ਰਿਹਾ ਐਨ ਸਿਰੇ ਦਾ ਮੈਚ ਹੈ। ਤਿੰਨ ਪੰਜ ਹੋ ਗਈ ਆ ਖੇਡਦਾਰ ਹੋਣਗੇ ਪਰ ਉਧਰਲੇ ਪਾਸੇ ਕਹਿੰਦੇ ਬੱਲੋ ਵਾਲਾ ਗੁੱਟ ਹੈ ਨਾਲ ਨੱਥੂ ਵਾਲੇ ਗਰਦੀ ਦਾ ਮੋਟੂ ਹੈ ਪੰਜੇਟੇ ਵਾਲਾ ਸੋਨੀ ਜੀ ਕਹਿੰਦੇ ਸਿਰੇ ਦਾ ਖੜਾ ਗਿਆ। ਕਿਆ ਬਾਤ
ਹੈ ਇਹ ਹੈ ਖੇੜੀ ਵਾਲਾ ਪੀਤਾ ਮੈਂ ਵੀ ਦੀਪ ਉਧਰ ਗੁੱਗੀ ਬਣੀਆਂ 200 ਆ ਗਿਆ ਪੀਤੇ ਲਈ 100 ਰੁਪਇਆ ਸਾਡਾ ਵੀਰ ਦੀਪ ਜਵੰਦਾ 100 ਰੁਪਇਆ ਸੱਤੇ ਬੰਦੀਓ ਖੇੜੀ ਵਾਲੇ ਪੀਤੇ ਦੇ ਲਈ ਹੈ ਉਸ ਭਰਾ ਦਾ ਵੀ 200 ਰੁਪਇਆ ਗੁੱਗੀ ਟਿੱਬਾ ਕਹਿੰਦੇ ਖੇੜੀ ਵਾਲੇ ਪੀਤੇ ਦੇ ਲਈ ਗੁੱਗੀ ਟਿੱਬਾ 200 ਰੁਪਇਆ ਆਪਾਂ ਦਿਲੋਂ ਧੰਨਵਾਦ ਕਰਾਂਗੇ ਸ਼ਹਿਬਾ ਜਿਹੜੀਓ ਸੜਕੇ ਉਹਨੇ 100 ਰੁਪਇਆ ਆਪਾਂ ਲਿਖ ਰਹੇ ਹਾਂ ਸਾਡਾ ਭਰਾ ਵੀ ਗਿਆ ਉਹਦੇ 100 ਦੇ ਨੋਟ ਸ਼੍ਰੀ ਗੁਰੂ ਦੇ ਬੋਲ ਦੇ ਲਿਖਣਗੇ ਜਿੰਨੇ ਨੰਬਰ ਦੇ ਲਵੇ